Subscribe now and press the bell icon. Never miss an update. ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਆ 10 ਮਿੰਟ ਟਾਈਮ ਕੱਢ ਕੇ ਆਓ ਜੀ। ਦੋਸਤੋ ਆਪ ਜੀ ਨੂੰ ਪਤਾ ਹੀ ਹੈ ਅੱਜ ਕਿਸਾਨਾਂ ਨੇ ਸਰਕਾਰ ਦੇ ਵਿਰੋਧ ਵਿੱਚ ਇੱਕ ਜੋ ਰੋਸ ਮਾਰਚ ਪਿੰਡ ਮੋਹਾਲੀ ਦੇ ਵਿੱਚ ਕੱਢਿਆ। ਉਸ ਦਾ ਜੋ ਮੋਦੀ ਨੂੰ ਰਾਵਣ ਦਾ ਰੂਪ ਦਿੱਤਾ ਗਿਆ ਹੈ, 10 ਸਿਰ ਵਾਲਾ ਰਾਵਣ, ਜਿਹਦੇ ਵਿੱਚ ਜੋ ਸਰਸੇ ਦਾ ਪਿਆਰਾ ਲੀਡਰ ਮੰਨਿਆ ਜਾਂਦਾ ਦੁਸ਼ਮਣ ਚੁਟਾਲਾ, ਜੋ ਕਿਸਾਨਾਂ ਦੇ ਨਾਮ ਤੇ ਜਿਹਨੇ ਵੋਟ ਲਏ ਨੇ ਸਾਡੇ ਕੋਲੋਂ ਤੇ ਕਿਸਾਨਾਂ ਦੇ ਨਾਮ ਤੋਂ, ਉਸ ਦਾ ਤੇ ਰਣਜੀਤ ਸਿੰਘ ਦਾ ਤੇ ਆਪਣੇ ਜੋ ਮੇਨ ਇਸ ਮੁੱਦੇ ਦੀ ਜੜ ਹੈ ਮਿਸਟਰ ਮੋਦੀ ਜਿਹਦਾ ਨਾਮ ਹਿਟਲਰ ਨਾਮ ਦਿੱਤਾ ਗਿਆ, ਇਹਨਾਂ ਸਭ ਦਾ ਅੱਜ ਜੋ ਇਸ ਟਾਈਮ ਸੰਸਕਾਰ ਦਾ ਜੋ ਟਾਈਮ ਹੈ ਉਹ ਹੌਲੀ ਹੌਲੀ ਨੈੱਟ 5 ਵਜੇ ਦਾ ਰੱਖਿਆ ਗਿਆ। ਮੇਰੇ ਸਾਥੀਓ, ਆਪ ਜਲਦ ਤੋਂ ਜਲਦ ਮੰਗਾਲਾ ਬੱਸ ਸਟੈਂਡ ਤੇ ਟਾਣੀ ਕਾਂਡ ਸਿੰਘ ਵਾਲੇ ਰੋਡ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ, ਤਾਂ ਕਿ ਮੈਂ ਸਾਡੇ ਕੋਲ ਭਾਈ ਸੁਖਦੇਵ ਜੀ ਨੇ, ਸੁਖਦੇਵ ਜੀ ਆਪ ਨੂੰ ਪਤਾ ਹੈ ਕਿ ਇਹ ਸਰਕਾਰ ਦੁਆਰਾ 3 ਕਾਨੂੰਨ ਜੋ ਕਾਲੇ ਕਾਨੂੰਨ ਲਿਆਏ ਗਏ ਨੇ, ਇਸ ਬਾਰੇ ਆਪ ਵਿਚਾਰ ਜ਼ਰੂਰ ਦਿਓ। ਬਸ 1 ਮਿੰਟ ਦਾ ਚਾਹੇ ਵਿਚਾਰ ਦਿਓ ਸਰ, ਸੁਖਦੇਵ ਜੀ ਪਲੀਜ਼, ਆਪ ਦਾ ਵਿਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਆਪ ਛੋਟੇ ਤੇ ਕੁਛ ਹਾਲ ਕਿਸਾਨ ਹੋ, ਆਪ ਦਾ ਵਿਚਾਰ ਸਾਨੂੰ ਬਹੁਤ ਜ਼ਰੂਰੀ ਹੈ ਜੀ। ਆਪ ਇਸ ਚੀਜ਼ ਦੇ ਸਰਕਾਰ ਦੇਖ ਰਹੇ ਹੋਗੇ ਨੌਜਵਾਨ ਸਾਥੀ ਟਰੈਲਰ ਤੇ ਮੋਟਰਸਾਈਕਲਾਂ ਦੇ ਨਾਲ ਇਸ ਭਾਰੀ ਪ੍ਰਦਰਸ਼ਨ ਦੇ ਵਿੱਚ ਚੱਲਦੇ ਹੋਏ ਮੇਰੇ ਵੀਰੋ, ਆਪ ਸਭ ਵੇਖ ਰਹੇ ਹੋਣਗੇ ਇਸ ਟਾਈਮ ਕਿ ਇੱਕ ਕਿਸਾਨਾਂ ਦੇ ਖਿਲਾਫ ਜੋ 3 ਕਾਲੇ ਕਾਨੂੰਨ ਲਿਆਏ ਗਏ ਨੇ ਉਹਦੇ ਵਿਰੋਧ ਵਿੱਚ ਇਹ ਪ੍ਰਦਰਸ਼ਨ ਪਿੰਡ ਮੰਗਾਲਾ ਮੋਟੂ ਤੇ ਨਾਨਕਪੁਰ ਦੇ ਯੁਵਾਵਾਂ ਤੇ ਕਿਸਾਨ ਵੀਰਾਂ ਦੁਆਰਾ ਕੱਢਿਆ ਜਾ ਰਿਹਾ ਹੈ। ਕਿਸਾਨ ਭਰਾਵੋ, ਦੁਕਾਨਦਾਰ ਭਰਾਵੋ ਤੇ ਮਜ਼ਦੂਰ ਭਰਾਵੋ, ਅੱਜ ਜੋ ਸਾਨੂੰ ਦੁਸ਼ਹਿਰੇ ਵਾਲੇ ਦਿਨ ਅੱਜ ਜੋ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਹ ਕਿਉਂ ਕਰਨਾ ਪੈ ਰਿਹਾ ਹੈ? ਅੱਜ ਦੀ ਸਾਡੀ ਹਿੰਦੁਸਤਾਨ ਦੀ ਤਾਨਾਸ਼ਾਹ ਸਰਕਾਰ ਦੇ ਜੋ 3 ਕਾਲੇ ਕਾਨੂੰਨ ਸਾਡੇ ਉੱਤੇ ਜ਼ਬਰਦਸਤੀ ਥੋਪ ਦਿੱਤੇ ਗਏ ਹੈ, ਉਹਨਾਂ ਦੇ ਵਿਰੋਧ ਦੇ ਵਿੱਚ ਸਾਨੂੰ ਸਾਰੇ ਹਿੰਦੁਸਤਾਨ ਭਰ ਦੇ ਵਿੱਚ ਅੱਜ ਦਾ ਦੁਸ਼ਹਿਰੇ ਦਾ ਦਿਨ ਇੱਕ ਤਾਨਾਸ਼ਾਹ ਪ੍ਰਧਾਨ ਮੰਤਰੀ ਦੇ ਪੁਤਲੇ ਜਵਾਨ ਦੇ ਵਿੱਚ ਮਜਬੂਰ ਕੀਤਾ ਜਾ ਰਿਹਾ ਹੈ ਸਾਨੂੰ। ਇਹ ਕਾਲੇ 3 ਦੇ ਕਾਲੇ ਕਾਨੂੰਨ ਹਨ ਕੀ ਹਨ? ਬਹੁਤ ਭਰਾਵਾਂ ਨੂੰ ਇਹ ਨਹੀਂ ਪਤਾ ਕਿ ਇਹ ਕਾਲੇ ਕਾਨੂੰਨ ਕੀ ਹਨ, 3 ਕਾਲੇ ਕਾਨੂੰਨ। ਹੁਣ ਤੱਕ ਤੁਸੀਂ ਬਹੁਤ ਸਰਕਾਰਾਂ ਦੇਖੀਆਂ ਹੋਣਗੀਆਂ, ਬਹੁਤ ਪ੍ਰਧਾਨ ਮੰਤਰੀ ਦੇਖੇ ਹੋਣੇ ਹੈ, ਝੂਠੇ ਬੋਲੇ ਤੇ ਗੁੰਗੇ, ਝੂਠੀਆਂ ਬੋਲੀਆਂ ਗੁੰਗੀਆਂ ਸਰਕਾਰਾਂ ਤਾਂ ਤੁਸੀਂ ਦੇਖੀਆਂ ਹੋਣਗੀਆਂ, ਲੇਕਿਨ ਝੂਠੀ ਧੋਖੇਬਾਜ ਤੇ ਬੇਈਮਾਨ ਸਰਕਾਰ ਔਰ ਝੂਠਾ ਧੋਖੇਬਾਜ ਔਰ ਬੇਈਮਾਨ ਪ੍ਰਧਾਨ ਮੰਤਰੀ ਇਸ ਦੇਸ਼ ਦਾ ਤੁਸੀਂ ਪਹਿਲੀ ਵਾਰੀ ਦੇਖਿਆ ਹੋਣਾ, ਜੋ ਕਿ ਆਪਣੇ ਤਾਨਾਸ਼ਾਹੀ ਰਵੱਈਏ ਦੇ ਨਾਲ ਲੋਕਾਂ ਦੇ ਵਿੱਚ ਭਾਰੀ ਜਨਤਾ ਨਾਲ ਜੋ ਰੋਸ ਪ੍ਰਦਰਸ਼ਨ ਹੈ ਕਿਸਾਨਾਂ ਮਜ਼ਦੂਰਾਂ ਦੁਆਰਾ ਬੜੀ ਖੁਸ਼ੀ ਦੀ ਲਹਿਰ ਹੈ ਇਸ ਪ੍ਰਦਰਸ਼ਨ ਤੇ, ਕਿਉਂਕਿ ਕਿਸਾਨ ਆਪਣੇ ਹੱਕਾਂ ਦੇ ਲਈ ਹੁਣ ਰੋਡਾਂ 'ਚ ਉਤਰ ਚੁੱਕੇ ਨੇ ਤੇ ਮੈਂ ਪੂਰਾ ਭਰੋਸੇ ਦੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਪੂਰਾ ਦੇਸ਼ ਦੀ ਪਾਰਲੀਮੈਂਟ ਕਾਰਵਾਈ ਦੇ ਵਿੱਚ ਨਹੀਂ ਹੁੰਦੀ, ਪਾਰਲੀਮੈਂਟ ਨਹੀਂ ਚੱਲ ਰਹੀ ਹੁੰਦੀ, ਉਹ ਦੇਸ਼ ਦੇ ਉੱਤੇ ਕੋਈ ਵਿਪਤਾ ਪਈ ਹੁੰਦੀ ਹੈ ਤਾਂ ਉਸ ਵਿਪਤਾ ਦੇ ਵਾਸਤੇ ਕੋਈ ਕਾਨੂੰਨ ਲਿਆਂਦਾ ਜਾਂਦਾ ਤਾਂ ਉਸ ਨੂੰ
ਪਾਰਲੀਮੈਂਟ ਦੇ ਵਿੱਚ ਬਿਨਾਂ ਪਾਰਲੀਮੈਂਟ ਦੀ ਕਾਰਵਾਈ ਤੋਂ ਉਸ ਵਿਪਤਾ ਵਾਸਤੇ ਫੋਕਿਆ ਜਾਂਦਾ ਹੈ। ਲੇਕਿਨ ਸਾਡੇ ਇਸ ਧੋਖੇਬਾਜ ਪ੍ਰਧਾਨ ਮੰਤਰੀ ਨੂੰ ਕੋਰੋਨਾ ਬਿਮਾਰੀ ਦੀ ਔਰ ਦੇ ਵਿੱਚ ਸਾਡੇ ਖੇਤੀ ਦੇ ਉੱਤੇ ਤਿੰਨ ਪਾਸਿਆਂ ਵੇਚ ਜਾਂਦੇ, ਜੇ ਉਸ ਦੇ ਵਿੱਚ ਹਿੰਮਤ ਸੀ। ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਮੈਂ 56 ਇੰਚ ਦਾ ਪ੍ਰਧਾਨ ਮੰਤਰੀ ਹੈ, ਉਸ ਦੇ ਵਿੱਚ ਹਿੰਮਤ ਸੀ